ਸਤ ਸ਼ਾਡ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੁਲੈ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਦੇ ਮਾਲਕ, ਗੁਰਤਾ ਗੱਦੀ ਦੇ ਬਿਰਾਜਮਾਨ, ਤਖਤ ਤੇ ਸੁਸ਼ੋਭਿਤ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਜੀ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰਨੀ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਾਰੇ ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਅਸੀਂ ਸਾਰੇ ਜੀਵ ਆਪਣੇ ਬਹੁਤ ਹੀ ਪਿਆਰੇ ਛੋਟੇ ਵੀਰ ਭਾਈ ਦਵਿੰਦਰ ਸਿੰਘ, ਜੋ ਕਿ ਕੁਝ ਸਮਾਂ ਪਹਿਲਾਂ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਇਸ ਫਾਨੀ ਸੰਸਾਰ ਨੂੰ ਛੱਡ ਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੀ ਯਾਦ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹਾਂ। ਉਹਨਾਂ ਦੇ ਵੱਡੇ ਭਾਈ ਭਾਈ ਹਰਵਿੰਦਰ ਸਿੰਘ ਹੁਣਾਂ ਨੇ ਦਾਸ ਨੂੰ ਸੁਨੇਹਾ ਭੇਜਿਆ ਸੀ ਕਿ ਇਸ ਸਮੇਂ ਆਪ ਨੇ ਆਪਣੇ ਜਥੇ ਸਮੇਤ ਕੀਰਤਨ ਦੀ ਅਤੇ ਸ਼ਬਦ ਵਿਚਾਰ ਦੀ ਹਾਜ਼ਰੀ ਜ਼ਰੂਰ ਭਰਨੀ ਹੈ ਗੁਰਮੁਖ ਪਿਆਰਿਓ, ਕਿਉਂਕਿ ਭਾਈ ਦਵਿੰਦਰ ਸਿੰਘ ਜਿਹੜੇ ਸੀ ਨਾ, ਉਹਨਾਂ ਦਾ ਬਚਪਨ ਤਾਂ ਵਡਾਲਾ ਗ੍ਰੰਥੀਆਂ ਦੇ ਵਿੱਚ ਹੀ ਬੀਤਿਆ ਸੀ, ਪਰ ਫਿਰ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਇੱਥੋਂ ਬੰਬੇ ਜਾਣਾ ਪੈ ਗਿਆ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਾਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਗੁਰਮੁਖ ਪਿਆਰਿਓ, ਭਾਈ ਦਵਿੰਦਰ ਸਿੰਘ ਹੁਣਾਂ ਦੀ ਜਿਹੜੀ ਚੂਗ ਸੀ ਉਹ ਮਾਲਕ ਨੇ ਬੰਬੇ ਖਿਲਾਰੀ ਸੀ, ਉੱਥੇ ਉਹਨਾਂ ਨੇ ਜਿੰਨੇ ਵੀ ਸਵਾਸ ਮਾਲਕ ਨੇ ਬਖਸ਼ਿਸ਼ ਕੀਤੇ ਉੱਥੇ ਰਹਿ ਕੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਉੱਥੇ ਆਪਣਾ ਕਾਰੋਬਾਰ ਕੀਤਾ, ਅਤੇ ਜਿੰਨੇ ਸਵਾਸ ਉਹਨਾਂ ਨੂੰ ਮਾਲਕ ਨੇ ਦਿੱਤੇ ਸਨ ਉਹਨਾਂ ਨੂੰ ਭੋਗਦਿਆਂ ਹੋਇਆਂ ਉਹ ਇਸ ਲੋਕ ਨੂੰ ਛੱਡ ਕੇ ਪਰਲੋਕ ਨੂੰ ਗਮਨ ਕਰ ਗਏ। ਹੁਣ ਗੁਰਮੁਖ ਪਿਆਰਿਓ, ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਯਾਦ ਦੇ ਵਿੱਚ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕਰਾਏ, ਉਸ ਤੋਂ ਉਪਰੰਤ ਕੀਰਤਨ ਹੋਇਆ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੁਟੈ, ਨਿਰਵਾਣ ਕੀਰਤਨ ਗਾਉ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਬਾਣੀ ਗੁਰੂ ਦਾ ਹੀ ਹੁਕਮ ਹੈ ਕਿ ਸਤ ਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਆਹ ਗੁਰਮੁਖ ਪਿਆਰਿਓ, ਜਿੰਨਾ ਸਮਾਂ ਵੀ ਦਾਸ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸ਼ਬਦ ਦੀ ਵਿਚਾਰ ਕਰੇਗਾ, ਆਪ ਸਭ ਸੰਗਤਾਂ ਨੇ ਤਨ ਕਰਕੇ ਜਿੱਥੇ ਹਾਜ਼ਰ ਹਾਂ ਉੱਥੇ ਮਨ ਕਰਕੇ ਵੀ ਹਾਜ਼ਰ ਰਹਿ ਕੇ ਇਸ ਵਿਚਾਰ ਨੂੰ ਸਰਵਣ ਕਰਨਾ, ਕਿਉਂਕਿ ਇਹ ਸਾਡੇ ਸਾਰਿਆਂ ਦੇ ਮਨ ਦੀ ਕਹਾਣੀ ਆ ਗੁਰਮੁਖ ਪਿਆਰਿਓ, ਕਿਉਂਕਿ ਅਸੀਂ ਸਾਰੇ ਇਸ ਸੰਸਾਰ ਦੇ ਉੱਤੇ ਮਰਨਾ ਲਿਖਾ ਕੇ ਆਏ ਹਾਂ। ਦਾਸ ਵੀ ਆਪਣਾ ਮਰਨਾ ਲਿਖਾ ਕੇ ਆਇਆ ਹੈ। ਮਰਨ ਲਿਖਾਏ ਮੰਡਲ ਮੇਂ ਆਏ, ਕਿਉਂ ਰਹੀਏ ਚੱਲਣਾ ਪਰਥਾਏ। ਆਪਾਂ ਨੂੰ ਸਾਰਿਆਂ ਨੂੰ ਇਹ ਗਿਣਤੀ ਦੇ ਸਵਾਸ ਦੇ ਕੇ ਮਾਲਕ ਨੇ ਇਸ ਮਾਤ ਲੋਕ ਦੇ ਵਿੱਚ ਭੇਜਿਆ ਹੈ। ਉਸ ਮਾਲਕ ਦੀ ਮਰਜ਼ੀ ਹੈ ਕਿ ਉਹ ਜੀਵ ਨੂੰ ਛੋਟੀ ਉਮਰ ਦੇ ਵਿੱਚ ਲੈ ਜਾਵੇ, ਜਵਾਨੀ ਵਿੱਚ ਲੈ ਜਾਵੇ, ਜਾਂ ਬੁਢੇਪੇ ਵਿੱਚ ਲੈ ਜਾਵੇ, ਕਿਉਂਕਿ ਅਸੀਂ ਸਾਰੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਖੇਤੀ ਹਾਂ। ਕੱਚੀ ਨਾਹੀਂ ਨਹਿ ਡੱਡਰੀ, ਪੱਕੀ ਵੱਢਣ ਹਾਰ। ਕਿਉਂਕਿ ਭਾਈ ਦਵਿੰਦਰ ਸਿੰਘ ਹੁਣਾਂ ਦੀ ਉਮਰ ਹਜੇ ਜਿਹੜੀ ਸੀ ਉਹ ਡੱਡਰੀ ਸੀ, ਹਜੇ ਪਰ ਜਵਾਨੀ ਸੀ, ਪਰ ਉਸ ਮਾਲਕ ਵੱਲੋਂ ਜਿੰਨੇ ਵੀ ਸਵਾਸ ਲੈ ਕੇ ਉਹ ਜੀਵ ਆਏ ਸਨ ਉਹਨਾਂ ਨੇ ਉਨੇ ਸਵਾਸ ਭੋਗਦਿਆਂ ਹੋਇਆਂ ਇਸ ਮਾਤ ਲੋਕ ਨੂੰ ਛੱਡ ਕੇ ਪਰਲੋਕ ਨੂੰ ਗਮਨ ਕਰ ਲਿਆ। ਕਿਉਂਕਿ ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਦੱਸਦੇ ਹਨ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜੋ ਬਾਲੂ ਕੀ ਭੀਤ। ਇਹ ਰੇਤੇ ਦੀ ਕੰਧ ਦੀ ਤਰ੍ਹਾਂ ਹੈ। ਇੱਥੋਂ ਰਾਮ ਗਇਓ ਰਾਵਣ ਗਇਓ, ਜਾ ਕਹੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ।
चिंता ता की कीजिए जो अनहोनी होए यह मार्ग संसार को नानक थिर नहीं कोई जो उपजियो सो बिनस है परो आज के काल नानक हर गुण गाय लै शाड सगल जंजाल। आपां दा गुरमुख प्यारो इस शरीर नूं भी नाल नहीं लैके जा सके क्योंकि इस शरीर नूं भी जदों सवास खत्म हो जाते हैं जो तन उपजिया संग ही सूप ही संग ना हुआ इहदा भी संस्कार कर दिता गया। फिर गुरमुख प्यारो इत्थे भेजिया किन्नों गया सी ते इत्थों गया कौन सी जो गुरबाणी गुरु का आपां ओट आसरा लैंदे आ तां मालिक कहिंदे हन कि पौणे में पौण समाया ज्योति में जोत रल जाया माटी माटी हुई एक रोवन हारे की कौन टेक कौन मुवारे कौन मुवा ब्रह्म ज्ञानी मिल करो बेचारा ये तो चलत पया कि मरदा तां कोई भी नहीं क्योंकि मन नूं सवास दे के इत्थे भेजिया ते मन नूं ही उहदी इच्छा दे मुताबक उहदा हिसाब हो जाणा। जे मन ने इन्हां सवासां दे उपर ज़्यादा वपार रजोगुणी हट दा कीता होगा कि सारा जीवन जे मन ने अपने परिवार की गृहस्थी की चिंता की होगी काम धंधे की चिंता की होगी तो उहदे सारे सवास जिहड़े है वह रजोगुणी हट ते जमा हो जाएंगे। जे जीव ने इन्हां सवासां दे नाल काम क्रोध लोभ मोह हंकार झूठ निंदिया चुगली दुबधा ईरखा द्वैत जे इन्हां दे विचार ज़्यादा ले इस जीवन दे विच तां उस दे वह सारे सवास जिहड़े आ तमो गुण ते जमा हो जाएंगे। तो जीव ने इन्हां सवासां दे नाल जत सत संजम निम्रता सहनशीलता दान पुन धर्म जे ये व्यापार किया तो उहदे ये सारे सवास जिहड़े आ वह सतो गुण ते जमा हो जाएंगे। तो मालिक गुरबाणी गुरु दे विच दसदे हन त्रै गुण काले की सरकारा ते जिस हट ते जीव ने ज़्यादा सवास जमा कराए होणगे इस शरीर नूं छड्डण तों बाद उस नूं उस जन्म दे विच जून दे विच भेज दिता जाएगा। जे रजोगुण ते ज़्यादा सवास खर्चे होणगे तां जीव नूं बनस्पति जून मिल जाएगी जे तमोगुण ते ज़्यादा सवास खर्चे होणगे तां जीव नूं पताल लोक दे विच डड्डियां मछियां मगरमच्छ बना के भेज दिता जाएगा। जे सतों गुण ते ज़्यादा सवास खर्च किए होणगे तां जीव नूं आकाश लोक दे पंछी बना के भेज दिता जाएगा। हुण इत्थे गुरमुख प्यारो एक सवाल यह भी मन च उठता है कि जे दोवां हट्टां दे बराबर सवास हो गए तां फिर किदां फैसला होएगा। महाराज गुरबाणी विच दसदे हन फिर अंतले सवास ते जिद्धर नूं ध्यान हो गया फिर अगला जन्म वह मिलेगा। महाराज गुरबाणी विच फरमान करदे हन अंतकाल जो लक्ष्मी सिमरै लक्ष्मी कहता पैसे नूं अंतकाल जो लक्ष्मी सिमरै ऐसी चिंता मह जे मरै सर्प जोन वल वल अवतरै अरी बाई गोबिंद नाम मत बिसरै। अरी बाई कह देंदे हन बंगाल वल भैण रहाओ। अंतकाल जो इस्त्री सिमरै ऐसी चिंता मह जे मरै बेसवा जोन वल वल अवतरै। अंतकाल जो लड़के सिमरै ऐसी चिंता मह जे मरै सूकर जोन वल वल अवतरेगा कि सूर दे बच्चे बहुत ज़्यादा होंगे। अंतकाल जो मंदिर सिमरै इत्थे किहड़े मंदिर की गल की गई या घर की कि मैं इन्ना वड्डा घर बना के हुण मैं छड्ड के चल चलिया अंत समय अपना ध्यान घर वल लै गया। अंतकाल जो मंदिर सिमरै ऐसी चिंता मह जे मरै प्रेत जोन वल वल अवतरै। फिर आप गुरबाणी गुरु नूं पुछिए कि आप मुक्त किवें होवांगे। महाराज गुरबाणी विच दसदे हन अंतकाल जो नारायण सिमरै ऐसी चिंता मह जे मरै बदत तलोचन ते नर मुक्ता पितंबर वाकै हृदय वसै। हुण गुरमुख प्यारिओ हुण जदों जीव नूं इस संसार दे उपर गिणती दे सवास दे के भेज दिता ते ओह सवास ना तां वधणे आ ना घटणे आ। गण का लै सब दिवस सास नह बढ़न घटन तिल सार। क्योंकि ये संसार जो है गुरमुख प्यारियों ये अकाल पुरख सच्चे पातशाह ने एक खेल बनाया है। असी गुरबाणी गुरु दे विच पढ़ते हाँ आवन जान एक खेल बनाया आग्याकारी कीनी माया। हुण इस खेल दे विच खिडारी किनू बना के भेजा गया मन मन नूं ही सवास दिते गए हैं ते मन कोलों ही हिसाब लिया जाना है कि तू यह सवास कित्थे कित्थे खर्च करता रहा तेनों सारा हिसाब देना पेगा। तो यह हिसाब इन्नी बरीकी दे नाल गुरमुख प्यारे होंदा है कड़ी मुहत का लेखा लेवे रतियों मासा तोल कढ़ावणिया। गुरमुख प्यारे दास ने कई बारी ये बेनती संगत दे विच भी कीती आ
कि जिन्हें हूँ अजक असं देखते हाँ बिल्डिंगा दे कैमरे लग गए उन्नियाँ चोरियां बढ़ गई क्योंकि ये कैमरे जोड़े चोरी नहीं रोकते। जो अकाल पुरख सच्चे पातशाह ने साडे उपर एक कैमरा लाया है चित्रगुप्त, उस कैमरे दे कोलों असी कोई भी अपना कर्म अपराध नहीं छुपा सकते जिहड़ा दिन रात काम करता है। गुरमुख प्यारे उस कैमरे दे विच एक एक साढ़े सवास का हिसाब होएगा, फिर आप अंत समय मुकर नहीं सकते कि मैं ये काम किया नहीं। हुण गुरमुख प्यारे जदों जीव दे सवास खत्म हो जाते हैं तो फिर दरगाह दे विचों पंजां दूतां नूं जमा नूं भेजिया जाता है चिट्ठी दे के। असी गुरबाणी गुरु दे विच पढ़ते हाँ जिन की चीरी दरगह पाटी तिन्ना मरना भाई, वो जदों जम उस जीव की वो चिट्ठी और परवाना लैके आके जीव नूं विखालदे हन कि उठो खुली गंठ उठो लिखिया आया राम रस कस सुख ठाके बंद चलाया राम। उह नाल ही सवासा रूपी जिहड़ी गंढ बजी हुंदी आ मूल द्वारे बाध्यो बंद उतों गंढ खोल दिंदे हन ते नाल की कहिंदे हन अमल सराणो लेखा देना आए कठन दूत जम लेना क्या तै खटिया कहां गवाया चलो सिताब दबान बुलाया कि तुहानू हुण बुलाया जा रहा है कि आके हिसाब दो चलो दरहाल छेती करो हुण देर ना लाओ चलो दरहाल दबान बुलाया हर फुरमान दरगे का आया। पर यह मनमुख बच्चा जिन्हें सारा जीवन कदी गुरु की संगत की नहीं उस समय भी गुरमुख प्यारे उस समय नूं भी एक सुपना ही समझदा है ते उन्हां दे नाल जाण नूं तैयार नहीं हुंदा। हुण गुरमुख प्यारे असी कई बार ये सोच लैंदे आ कि आपां अखियां खुल्लियां ते असी जाग रहे हैं, पर गुरबाणी गुरु की कह रहे हैं कि अखां खुल्लियां दे नाल साडा मन जागिया नहीं मन्निया जाएगा। मन जागे की निशानी दसी गई है असी नाल नाल चैक करी जाना अपने आप नूं, क्योंकि गुरबाणी गुरु तो कह रहे नौ दर ठाके धावत रहाए दसवें निज घर वासा पाए उत्थे अनहद शब्द वजे दिन राती गुरमति शब्द सुनावणे आ। कि जे साढ़े अंदर अजे तक वह अनहद शब्द वह मालक का नाम प्रगट नहीं होया फिर माफ़ करना गुरमुख प्यारे अजे तक असी माया दे विच सुते ही चली जा रहे हैं, क्योंकि जागया उस मन नूं मन्निया जांदा है जिस मन दे अंदर मालक दा नाम प्रगट हो जांदा। हुण मनमुख बच्चा उस समय भी इस शरीर नूं छड्डण वास्ते तैयार नहीं हुंदा तां फिर जम्मा वल्लों उस दे सिर उत्ते डंडा मारिया जांदा है। गुरबाणी गुरु दा फरमान है जम का डंड भरियो सिर उपर तब सोवत तै जागियो कहां होत अब कह पछताए छूटत नाहिन भागियो। वो फिर भजन नहीं देंदे गुरमुख प्यारियो, वो कहिंदे हन कि हुण चल अगे लग लग के तुर। ये जिहड़ा साडा शरीर गुरमुख प्यारियो बनिया है ये पंजां तत्तां तों बनिया है। वो पंज तत्त किहड़े किहड़े हन पौण पाणी अगन मिट्टी ते आकाश तत्त। जदों गंढ खुलदी आ तां सब तों पहलों मिट्टी तत्त किर जांदा गुरमुख प्यारियो, उस दे उपर अगन पैंदी है उस दे उपर पाणी पै के ते वो एक बिमल नदी का रूप धारण कर लैंदे हन। जिहड़े जीव कह दिंदे हन इह जग मिठा अगला किन डिठा, यह गुरबाणी गुरु तो कह रहे हैं आगे बिमल नदी अगन बिख चेला जिथे अवर ना कोई जी अकेला, उथे तू फिर कला रह जाएगा उथे तेरा माँ प्यो भैन भरा धियां पुत तेरी कोई मदद नहीं कर सकनगे। गुरबाणी गुरु का फरमान है मात पिता बनिता सुत बंधप इष्ट मीत और भाई पूर्व जन्म के मिले संजोगी अंते को ना सहाई। उस समय तेरा किसी ने सहाई नहीं होना, पर महाराज कहते हैं उत्थे एक तेरा सहाई जरूर होएगा। वो कौन होएगा? ध्यान नाल सरवण कर लेना जह महा प्यान दूत जम दलै तह केवल नाम संग तेरे चले। जिथे जमा दा भारी दल होएगा ना उत्थे तेरे नाल खड़न वाला कौन होएगा? नाम। जिस नाम नालों टुटण करके असी ये जीवन हार जाने हाँ, जिस नाम दे नाल लेव लगी होण करके सानू माता दी गर्भ दा सेक नहीं सी लगता, जदों गर्भ दे विचों बाहर आए वो लेव नाम नालों टुट गई ते बच्चे दा सब तो पहलों अपनी माता दे नाल प्यार पै गया। गुरबाणी गुरु दा फरमान है पहले प्यार लगा थण दुध दूजे माए बाप की सुध तीजे भया भाभी बेब चौथे प्यार उपन्नी खेड पंजवें खान पीण की तात छेवें काम न पुछे जात
सतवें संज किया घरवास, अठवें क्रोध हुआ तन नास, नौवें तौले उबे सहा, दसवें दद्दा हुआ सुहा। ये मन बच्चा इस माया रूपी संसार दे विच इन्ना क ज़्यादा विच फस गया कि वो अपने मूल नू मालक नू नाम नू ही भुल गया। वो ये भुल गया कि मैनू मानस जन्म मिलिया किहड़े काम वास्ते सी ते मैं करन की डिया, क्योंकि ये मानस जन्म आपां नू बहुत वड्डियां भागां दे नाल मिलता है। महाराज गुरबाणी विच फरमान करते हैं, गुर सेवा ते भगत कमाई तब यह मानस देही पाई, इस देही को सिमरै देव सो देही भज हर की सेव, भजो गोबिंद भूल मत जाहो मानस जन्म का यही लाहो। यदा ला सी आपने भजन करना, मालक का सिमरन करना, गुरबाणी गुरु का ओट आसरा लेना, पर माफ करना गुरमुख प्यारो आपू सारा कुछ याद रह गया, बस यही भुल गए कि असी एक दिन मरना भी हाँ। महाराज गुरबाणी में फरमान करते हैं, खाना पीना हसना सौना विसर गया है मरना, खसम विसार खुवारी कीनी त्रिग जीवन नहीं रहना, प्राणी एको नाम त्यावो अपनी पत सेती घर जावो। असी गुरमुख प्यारो इत्थे जे किसी जीव दे पंज किले आ तां सारा जीवन उहदी यही सोच रहिंदी आ कि मैं पंजां तों दस कर लां, कि मैनू सारे समाज दे विच शाह जी कह के बुलाउण, ते मैं बड़े माण दे नाल संसार दे विच रखा कि मैं बड़ी मेहनत करके बड़ा धन बड़ी जायदाद जमीन बना ली आ। पर महाराज कहिंदे ने कि शाह है कौन, जे मन लो लख मन सोना लख मन रूपा लख शाह शेरशाह, लखा मन सोना भी इकट्ठा कर लेगा, लखा मन पैसा इकट्ठा कर लेगा, लखा शाह का भी शाह बन जाएगा, लख लश्कर लख वाजे नेजे लखी घोड़ी पातशाह। तू मतलब है कि तेरे नाल लश्कर घोड़े नेजे लैके नाल तुरन वाले लखा ही होणगे, जिथे सायर लंघना जदों उस समुंदर दे कंडे दे पहुँचेगा, किहड़े समुंदर दे, जिथे सायर लंघना अगन पाणी असगाहा, जिहदा कंधा भी दूजा पासा नहीं देखता होएगा, कंधी दिस ना आवई ताई पए गुहा, उत्थे धावां पैण दीआं होणगीआं, मन मुख विचों दी लंघदे नहीं होणगे ते जम उहनां नूं कुट के नंघाउंदे होणगे, कंधी दिस ना आवई ताई पए गुहा नानक उत्थे जाणीए शाह के पातशाह। तूं किन्ना क पातशाह ते किन्ना क शाह, क्योंकि शाह कौन आ जिहदे पल्ले नाम धन आ गुरमुख प्यारिओ, सही पूरे शाह जिन्नी आ पाया जिन्हें मालक नू पालिया असली शाह वो आ गुरमुख प्यारिओ। हुण जदों इस जीव नू गुरमुख प्यारिओ मारदिया कुटदिया होया सिर ते जमा ने सवासां दीआं गंढां चकाईआं, ते फिर दरबार दे विच पेश कीता जांदा है, नानक बदरा मालका भीतर तरिया आण, खोटे खरे परखियन साहिब के दीवान। उत्थे हिसाब होगा कि किन्ने सवास खोटे ते किन्ने सवास खरे, उत्थे एक एक सवास का हिसाब होएगा। तो गुरमुख प्यारे जे तो मनमुख जीव जिहड़ा है उन्हों जो उतों कुट पैंदी है तो फिर उसनों सज़ा की मिलती है, उसनों मारिया पुठिया रोलिया जाता है, तो दोबारा फिर गर्भ जोन के सुट दिता जाता है, तो उस जीव को गुरमुख प्यारे दोबारा जन्म नहीं छेती दिता जाता, ताकि उन्हों एहसास हो जाए कि तू कह के की गया सी ते करदा की रहा। उस नू गुरमुख प्यारे रोलद्या होया पुठद्या पुठे लमका के गर्भ दे विच एक जोन चो दूजी जोन च तीजी जोन दे विच भेजिया जाता, गुरमुख प्यारे फिर अकाल पुरख सच्चे पातशाह ने जदों तरस आउंदा ते फिर उस जीव नू दोबारा जन्म दिता जाता, पर दोबारा मानस जन्म नहीं मिलता। तो आपां नूं तां हुण मिलिया, आपां इहनूं इदां ही गवाई जा रहे हैं गुरमुख प्यारे। जे तां असीं चाहुंदे हां कि साडा मन जमा दोबारा ही जगाया जाए, फिर तो गुरमुख प्यारे आपू गुरबाणी गुरु का ओट आस रला लैन की कोई जरूरत नहीं हैगी, गुरु की संगत दे आउन की कोई जरूरत नहीं हैगी, फिर जिदा चली जाता उदा ही चली जाए। पर जे असी चाहते हैं सच्चे पातशाह असी यह मानस जन्म नू हारना नहीं, अही लाभ लेना है, क्योंकि असी लाभ लैनी तो आए हाँ, आयो लाभ लाभन के ताई मोहन ठगौरी से उलझ पहा, काच बादरे लाल खोई है फिर यह अवसर कद पहा। पता नहीं दोबारा यह मौका मिलना क नहीं मिलना, तो फिर गुरबाणी गुरु को आप दूसरा तरीका पुछ लीए कि सच्चे पातशाह कि सानू दूसरा तरीका दस दो जिस नाल असी अपने सुते हुए मन में जगा लीए,
ਤਾਂ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਹਨ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਤੂੰ ਸਿਮਰਨ ਦੇ ਨਾਲ ਆਪਣੇ ਸੁੱਤੇ ਹੋਏ ਮਨ ਨੂੰ ਜਗਾ ਲਾ। ਅਤੇ ਸਿਮਰਨ ਅਸੀਂ ਕਿਹਦਾ ਕਰਨਾ? ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਦਾ ਅਸੀਂ ਅਭਿਆਸ ਕਰਨਾ ਗੁਰਮੁਖ ਪਿਆਰਿਓ, ਸਵਾਸ ਗਰਾਸ ਸਿਮਰਨ ਦਾ ਅਭਿਆਸ ਕਰਨਾ। ਅਤੇ ਜਦੋਂ ਅਸੀਂ ਸਵਾਸ ਗਰਾਸ ਸਿਮਰਨ ਦਾ ਅਭਿਆਸ ਕਰਾਂਗੇ ਗੁਰਮੁਖ ਪਿਆਰਿਓ, ਅਤੇ ਮਾਲਕ ਸਾਡੇ ਅੰਦਰ ਇਸ ਕਾਇਆ ਦੇ ਵਿੱਚ ਬੈਠਿਆਂ ਤੋਲਦੇ ਹਨ। ਕਾਇਆ ਅੰਦਰ ਤੋਲ ਤਲਾਵੈ ਆਪੇ ਤੋਲਣ ਹਾਰਾ, ਕਿ ਮੇਰੇ ਐਸ ਪੁੱਤ ਨੇ ਇੰਨੇ ਸਵਾਸ ਜਮ੍ਹਾਂ ਕਰਾ ਦਿੱਤੇ, ਇਹ ਹੁਣ ਨਾਮ ਧਨ ਲੈਣ ਦਾ ਹੱਕਦਾਰ ਹੈਗਾ। ਕਿਉਂਕਿ ਨਾਮ ਗੁਰਮੁਖ ਪਿਆਰਿਓ ਕੋਈ ਕਿਸੇ ਨੂੰ ਬਾਹਰੋਂ ਨਹੀਂ ਦੇ ਸਕਦਾ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਉਹ ਨਾਮ ਗੁਰਮੁਖ ਪਿਆਰਿਓ ਲਿਖਣ ਪੜ੍ਹਨ ਦੇ ਵਿੱਚ ਵੀ ਨਹੀਂ ਆਉਂਦਾ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਹੈ ਕਰਨ ਵਿਚਾਰ। ਉਹ ਨਾਮ ਸੁਣਨ ਦੇ ਵਿੱਚ ਆਉਂਦਾ ਹੈ। ਅਸੀਂ ਆਨੰਦ ਸਾਹਿਬ ਦੇ ਵਿੱਚ ਕਈ ਵਾਰ ਪੜ੍ਹਿਆ ਸੁਣਿਆ, ਠੀਕ ਹੈ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆਂ। ਪਰ ਕਦੀ ਆਪਾਂ ਸੋਚਿਆ ਕਿ ਉਹ ਕਿਹੜੇ ਸ਼ਬਦਾਂ ਦੀ ਗੱਲ ਕਰਦੇ ਆ, ਕਿਸ ਨਾਮ ਦੀ ਗੱਲ ਕਰਦੇ ਆ ਜੋ ਸਾਡੇ ਅੰਦਰ ਹਰ ਵੇਲੇ ਚੱਲ ਰਿਹਾ? ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਣ ਤ੍ਰਿਭਵਨ ਧਣੀ, ਪੰਚ ਸ਼ਬਦ ਨਿਰਮਾਇਲ ਬਾਜੈ, ਢੁਲਕੇ ਚਵਰ ਸੰਖ ਕਣ ਗਾਜੈ। ਮਹਾਰਾਜ ਗੁਰਬਾਣੀ ਵਿੱਚ ਕਹਿ ਰਹੇ ਨੇ, ਕਰ ਕਰ ਤਾਲ ਪਖਾਵਜ ਨੈਨੋ ਮਾਥੇ ਬਜੇ ਰਬਾਬਾ, ਕਰਨੋ ਮਧੂ ਬੰਸਰੀ ਬਾਜੇ ਜਿਹਵਾ ਧੁਨ ਅਗਾਜਾ, ਨਿਰਤ ਕਰੇ ਕਰ ਮਨੁਆ ਨਾਚੇ ਆਣੇ ਘੂਗਰ ਸਾਜਾ, ਰਾਮ ਕੋ ਨਿਰਤਕਾਰੀ। ਕਿ ਸਾਡੇ ਅੰਦਰ ਦਸਵੇਂ ਦੁਆਰ ਦੇ ਵਿੱਚ ਹਰ ਵੇਲੇ ਉਹ ਅਨਹਦ ਸ਼ਬਦ ਚੱਲ ਰਹੇ ਹਨ, ਪਰ ਕਦੀ ਗੁਰਮੁਖ ਪਿਆਰਿਓ ਅਸੀਂ ਉਹ ਸੁਣੇ? ਆਪਾਂ ਗੁਰਬਾਣੀ ਗੁਰੂ ਦੀ ਊਟ ਆਸਰਾ ਲੈ ਕੇ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ। ਅਤੇ ਮਹਾਰਾਜ ਕਹਿੰਦੇ ਨੇ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੇ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰਾਂ ਬਾਰਾਂ। ਅਜੇ ਵੀ ਸੋਚੀ ਜਾਂਦਾ, ਕਿਉਂਕਿ ਇਹ ਮਾਨਸ ਜਨਮ ਤੈਨੂੰ ਕਿੰਨਿਆਂ ਜਨਮਾਂ ਤੋਂ ਬਾਅਦ ਮਿਲਿਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹੇ ਸੰਜਰੀਆ। ਕਿ ਇੰਨਿਆਂ ਚਿਰਾਂ ਤੋਂ ਬਾਅਦ ਤੈਨੂੰ ਇਹ ਮਾਨਸ ਜਨਮ ਮਿਲਿਆ, ਤੂੰ ਇਹਦਾ ਲਾਹਾ ਕਿਉਂ ਨਹੀਂ ਲੈਣ ਡਿਆ? ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਇੱਥੇ ਜਨਮਾਂ ਦੀ ਗੱਲ ਨਹੀਂ ਕੀਤੀ ਗਈ ਗੁਰਮੁਖ ਪਿਆਰਿਓ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ਹੁਣ ਗੁਰਮੁਖ ਪਿਆਰਿਓ ਆਪਾਂ ਇੱਥੇ ਇਹ ਵੀ ਵਿਚਾਰ ਆਪਦੇ ਸਨਮੁਖ ਰੱਖਦੇ ਹਾਂ ਕਿ ਆਪਾਂ ਨੇ ਸਿਮਰਨ ਅਭਿਆਸ ਕਰਨਾ, ਅਤੇ ਉਹ ਕਰਨਾ ਵੀ ਜੁਗਤੀ ਦੇ ਨਾਲ ਆ, ਕਿਉਂਕਿ ਗੁਰਬਾਣੀ ਗੁਰੂ ਕਹਿ ਰਹੇ ਹਨ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਫਿਰ ਵੀ ਨਹੀਂ ਪਾਇਆ ਜਾਣ ਡਿਆ, ਉਹ ਮਾਲਕ ਕਿਉਂ ਨਹੀਂ ਪਾਇਆ ਜਾਣ ਡਿਆ? ਕਿਉਂਕਿ ਮਹਾਰਾਜ ਕਹਿੰਦੇ ਹਨ, ਕਬੀਰ ਰਾਮ ਕਹਿਣ ਮੇ ਭੇਦ ਹੈ। ਅਸੀਂ ਚੈੱਕ ਕਰਨਾ ਕਿ ਜਿਸ ਤਰ੍ਹਾਂ ਸਾਨੂੰ ਸਾਡਾ ਪਿਤਾ ਮਾਲਕ ਅਕਾਲ ਪੁਰਖ ਕਹਿ ਰਿਹਾ, ਕਿ ਅਸੀਂ ਉੱਦਾਂ ਕਰਦੇ ਹਾਂ ਕਿ ਜਾਂ ਆਪਣੀ ਮਤ ਦੇ ਨਾਲ ਕਰਦੇ ਹਾਂ? ਕਿਉਂਕਿ ਕਈ ਵਾਰੀ ਗੁਰਮੁਖ ਪਿਆਰਿਓ ਅਸੀਂ ਦਿਨ ਰਾਤ ਕੋਸ਼ਿਸ਼ ਕਰਦੇ ਹਾਂ, ਅਤੇ ਜੇ ਅਜੇ ਤੱਕ ਸਾਡੇ ਅੰਦਰ ਉਹ ਅਨਹਦ ਸ਼ਬਦ ਉਹ ਨਾਮ ਪ੍ਰਗਟ ਨਹੀਂ ਹੋਇਆ, ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਆਪਾਂ ਭੁੱਲ ਕਰ ਰਹੇ ਹਾਂ। ਕਿਉਂਕਿ ਉਹ ਜੁਗਤੀ ਤਾਂ ਮਾਲਕ ਨੇ ਸਾਡੇ ਸਾਰਿਆਂ ਜੀਵਾਂ ਦੇ ਅੰਦਰ ਰੱਖੀ ਸੀ। ਜੀਆਂ ਅੰਦਰ ਜੁਗਤ ਸਮਾਈ, ਰਿਹੋ ਨਿਰਾਲਮ ਰਾਇਆ, ਜੱਗ ਤਿਸ ਕੀ ਛਾਇਆ, ਜਿਸ ਬਾਪ ਨਾ ਮਾਇਆ। ਹੁਣ ਗੁਰਮੁਖ ਪਿਆਰਿਓ, ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਸਾਡੀਆਂ ਇਸ ਸਮਾਜ ਦੇ ਵਿੱਚ, ਇਸ ਲੋਕ ਦੇ ਵਿੱਚ ਡਿਊਟੀਆਂ ਲਾਈਆਂ, ਅਸੀਂ ਉਹ ਡਿਊਟੀਆਂ ਵੀ ਨਿਭਾਉਣੀਆਂ। ਅਸੀਂ ਆਪਣੇ ਬਜ਼ੁਰਗਾਂ ਦਾ ਪਾਲਣ ਪੋਸ਼ਣ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਪਰਿਵਾਰਾਂ ਨੂੰ ਕੰਮ ਧੰਦੇ ਨੂੰ ਨਾਲ ਲੈ ਕੇ ਚੱਲਣਾ। ਪਰੰਤੂ ਅਸੀਂ ਦੋਵੇਂ ਧਨ ਬਰਾਬਰ ਰੱਖਣੇ, ਸਰਮ ਧਰਮ, ਠੀਕ ਹੈ ਨਾ? ਆਪਾਂ ਜਿੱਦਾਂ ਧਨ ਵਾਸਤੇ ਕੰਮ ਕਰਦੇ ਹਾਂ, ਉਸੇ ਤਰ੍ਹਾਂ ਹੀ ਆਪਾਂ ਮਨ ਵਾਸਤੇ ਨਾਮ ਧਨ ਵੀ ਇਕੱਠਾ ਕਰਨਾ। ਗੁਰਮੁਖ ਪਿਆਰਿਓ, ਭਗਤ ਤਲੋਚਨ ਅਤੇ ਬਾਬਾ ਨਾਮਦੇਵ ਜਿਹੜੇ ਸੀ ਸਮਕਾਲੀ ਮਿੱਤਰ ਸਨ, ਭਗਤ ਤਲੋਚਨ ਨੇ ਜਦੋਂ ਬਾਬਾ ਨਾਮਦੇਵ ਨੂੰ ਵੇਖਿਆ ਕਿ ਇਹ ਸਾਰਾ ਦਿਨ ਕੰਮ ਹੀ ਕਰੀ ਜਾਂਦੇ ਆ, ਇਹ ਸ਼ਕਦਾ ਕਿ ਇਹ ਸਿਮਰਨ ਨਹੀਂ ਕਰਦੇ, ਤਾਂ ਭਗਤ ਤਲੋਚਨ ਨੇ ਕੀ ਕਹਿੰਦੇ, ਨਾਮਾ ਮਾਇਆ ਮੋਹਿਆ, ਕਿ ਮਾਇਆ ਨੇ ਲੱਗਦਾ ਮੋਹ ਲਿਆ ਇਹਨਾਂ ਨੂੰ। ਕਹੇ ਤਲੋਚਨ ਮੀਤ ਕਾਹੇ ਸ਼ੀਪੋ ਸ਼ੈਲਾ, ਰਾਮ ਨਾ ਲਾਵੋ ਚੀਤ, ਕਿ ਸਾਰਾ ਦਿਨ ਤੂੰ ਕੰਮ ਹੀ ਕਰੀ ਜਾਂਦਾ ਕਿ ਰਾਮ ਦਾ ਨਾਮ ਹੀ ਨਹੀਂ ਲੈਂਦਾ, ਤੂੰ ਮਾਲਕ ਨੂੰ ਯਾਦ ਹੀ ਨਹੀਂ ਕਰਦਾ। ਅਤੇ ਇੱਥੇ ਗੁਰਮੁਖ ਪਿਆਰਿਓ, ਧਿਆਨ ਦੇ ਨਾਲ ਉਹ ਜੁਗਤੀ ਜ਼ਰੂਰ ਸਿੱਖ ਲੈਣੀ ਕਿ ਜਿਸ ਜੁਗਤੀ ਦੇ ਨਾਲ ਨਾਨਕ
ਆਪਾਂ ਗੁਰਮਾਲਕ ਦੇ ਗੁਰਬਾਣੀ ਦੇ ਵਿੱਚੋਂ ਆਪਾਂ ਪੰਕਤੀ ਲੈਂਦੇ ਹਾਂ ਕਿ ਹੱਸਦੇ ਹਾਂ, ਖਿਲੰਦੇ ਹਾਂ, ਪਹਿਨਦੇ ਹਾਂ, ਖਵਾਉਂਦੇ ਹਾਂ, ਵਿੱਚੇ ਹੋਏ ਮੁਕਤ। ਕਿ ਆਪਾਂ ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੀ ਕਿੱਦਾਂ ਆਪਾਂ ਮੁਕਤ ਹੋ ਜਾਈਏ, ਕਿਉਂਕਿ ਜਿਸ ਤਰ੍ਹਾਂ ਜੈਸੇ ਜਲ ਮੈਂ ਕਮਲ ਅਲੇਪ ਮਰਗਾਈ ਨੇ ਸੈਣੇ, ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਉੱਤੇ ਚਿੱਕੜ ਨਹੀਂ ਪੈਣ ਦਿੰਦਾ, ਮਰਗਾਈ ਜਿਹੜੀ ਆ ਉਹ ਪਾਣੀ ਦੇ ਵਿੱਚ ਰਹਿ ਕੇ ਆਪਣੀ ਖੁਰਾਕ ਲੈ ਕੇ ਵੀ ਆਪਣੇ ਉੱਤੇ ਪਾਣੀ ਦਾ ਇੱਕ ਛਿੱਟਾ ਨਹੀਂ ਪੈਣ ਦਿੰਦੀ, ਉਸ ਜੁਗਤੀ ਵਿਧੀ ਦੇ ਨਾਲ ਗੁਰਮੁਖ ਪਿਆਰਿਓ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਰਹਿਣਾ। ਬਾਬਾ ਨਾਮਦੇਵ ਜੁਗਤੀ ਵਿਧੀ ਦੱਸ ਰਹੇ ਹਨ, ਕਹਿੰਦੇ ਕੀ ਕਹਿ ਰਹੇ ਹਨ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਣ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੀ ਜਾ। ਹੁਣ ਮਾਵਾਂ ਭੈਣਾਂ ਘਰ ਦਾ ਕੰਮ ਜਿਹੜਾ ਕਰਦੀਆਂ ਨੇ, ਰੋਟੀ ਪਾਣੀ ਬਣਾਉਂਦੀਆਂ, ਬੋਕਰ ਫਿਰਨੀ, ਕੋਈ ਵੀ ਘਰ ਦਾ ਕੰਮ ਕਰਨਾ, ਹੱਥਾਂ ਪੈਰਾਂ ਨਾਲ ਹੀ ਕੰਮ ਕਰੀ ਜਾਣਾ ਅਤੇ ਮੁੱਖ ਦੇ ਨਾਲ ਸਿਮਰਨ ਕਰੀ ਜਾਣਾ, ਵਾਹਿਗੁਰੂ ਵਾਹਿਗੁਰੂ। ਆਪਾਂ ਕੰਮ ਤਾਂ ਛੱਡਿਆ ਹੀ ਨਹੀਂ। ਹੁਣ ਵੀਰ ਕੋਈ ਪੱਠੇ ਦਾ ਕੰਮ ਕਰਨ ਡਿਆ, ਪੱਠੇ ਦੱਥਾ ਵੱਢਣ ਡਿਆ, ਕੋਈ ਨੌਕਰੀ ਪੇਸ਼ਾ ਕਰਨ ਡਿਆ, ਕੋਈ ਦੁਕਾਨਦਾਰੀ ਕਰਨ ਡਿਆ, ਆਪਾਂ ਰਸਤੇ 'ਚ ਮੋਟਰਸਾਈਕਲ 'ਤੇ ਗੱਡੀ 'ਤੇ ਜਾਣ ਡੇ ਹਾਂ, ਗੱਡੀ ਹੱਥਾਂ ਨਾਲ ਚਲਾ ਰਹੇ ਹਾਂ, ਤਾਂ ਸਿਮਰਨ ਤਾਂ ਮੁੱਖ ਨਾਲ ਹੀ ਕਰਨਾ, ਵਾਹਿਗੁਰੂ ਵਾਹਿਗੁਰੂ। ਜਿਹੜੇ ਅਸੀਂ ਬੇਲੋੜੇ ਵਿਚਾਰ ਲਈ ਜਾਂਦੇ ਹਾਂ ਗੁਰਮੁਖ ਪਿਆਰਿਓ, ਉਹ ਵਿਚਾਰਾਂ ਨੂੰ ਅਸੀਂ ਖਤਮ ਕਰਨਾ ਜੇ ਆਪਾਂ 84 ਲੱਖ ਜੂਨ ਨੂੰ ਕੱਟਣਾ ਚਾਹੁੰਦੇ ਹਾਂ। ਕਿਉਂਕਿ ਮਹਾਰਾਜ ਦਾ ਗੁਰਬਾਣੀ ਵਿੱਚ ਫਰਮਾਨ ਹੈ, ਵਿਚਾਰ ਮਾਰੈ ਤਰੇ ਤਾਰੈ ਉਲਟ ਜੋਨ ਨਾ ਆਵੇ। ਗੁਰਮੁਖ ਪਿਆਰੇ, ਉਹ ਵਿਚਾਰ ਮਾਰਨ ਵਾਸਤੇ ਆਪਾਂ ਨੂੰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਪਵੇਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਇਹੀ ਹੁਕਮ ਹੈ, ਸੁਣੋ ਭਾਈ ਨੰਦ ਲਾਲ ਕਹੂੰ ਇਹ ਸਾਚ, ਪ੍ਰਗਟ ਕਰਾਉਂ ਆਪਣੇ ਰਾਜ, ਚਾਰ ਬਰਨ ਇੱਕ ਬਰਨ ਕਰਾਉਂ, ਵਾਹਿਗੁਰੂ ਕਾ ਜਾਪ ਜਪਾਉਂ। ਅਸੀਂ ਦਸ਼ਮੇਸ਼ ਪਿਤਾ ਦੇ ਆਖੇ ਲਾ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ, ਅਸੀਂ ਗੁਰਬਾਣੀ ਗੁਰੂ ਦੇ ਆਖੇ ਲਾ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ, ਕਿਉਂਕਿ ਅਸੀਂ ਜੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ ਤਾਂ ਮਾਲਕ ਗੁਰਬਾਣੀ ਵਿੱਚ ਕੀ ਕਹਿ ਰਹੇ ਹਨ, ਗੁਰਮੰਤਰਹੀਣ ਸਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ। ਕਹਿੰਦੇ ਉਹਦਾ ਜਨਮ ਹੀ ਭ੍ਰਸ਼ਟ ਆ ਜਿਹੜਾ ਗੁਰਮੰਤਰ ਨਹੀਂ ਕਰਦਾ। ਗੁਰਮੰਤਰਹੀਣ ਸਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ, ਕੂਕਰੈ ਸੂਕਰੈ ਗਰਦਬੈ ਕਾਕਹੈ ਸਰਪਣੈ ਤੁਲ ਖਲ ਹੈ। ਵੇਖੋ ਉਹਨਾਂ ਦੀ ਤੁਲਨਾ ਕਿਹਦੇ ਨਾਲ ਕਰਤੀ, ਕੁੱਤੇ ਸੂਰ ਗਧੇ ਕਾਂ ਅਤੇ ਸੱਪ ਦੇ ਬਰਾਬਰ, ਜਿਹੜਾ ਗੁਰਮੰਤਰ ਨਹੀਂ ਕਰਦਾ। ਅਤੇ ਆਓ ਗੁਰਮੁਖ ਪਿਆਰਿਓ, ਆਪਾਂ ਹੁਣ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ ਤਾਂ ਆਪਾਂ 2-4 ਮਿੰਟ ਅਸੀਂ ਜੁਗਤੀ ਵਿਧੀ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ, ਕਿਉਂਕਿ ਸੰਗਤ ਦਾ ਇੱਕ ਬਹੁਤ ਵੱਡਾ ਇਹ ਲਾਭ ਆ। ਗੁਰਮੁਖ ਪਿਆਰਿਓ, ਜੇ ਆਪਾਂ 1 ਘੰਟਾ ਮੰਨ ਕੇ ਚੱਲਦੇ ਹਾਂ ਨਾ, ਕਿ ਆਪਾਂ 1 ਘੰਟਾ ਗੁਰਮੰਤਰ ਦਾ ਅਭਿਆਸ ਕੀਤਾ, ਅਤੇ ਸੰਗਤ ਦੇ ਵਿੱਚ ਜੇ 20 ਗੁਰਮੁਖ ਅਭਿਆਸ ਕਰ ਰਹੇ ਤਾਂ ਸਾਡਾ 20 ਘੰਟੇ ਜੁੜ ਜਾਣਾ। ਹੁਣ ਆਪਾਂ ਜਿੱਦਾਂ ਇੰਨੇ ਜੀਵ ਇਕੱਠੇ ਬੈਠੇ ਹਾਂ, ਅਤੇ ਜੇ ਆਪਾਂ ਸਾਰੇ 5 ਮਿੰਟ ਵੀ ਗੁਰਮੰਤਰ ਦਾ ਅਭਿਆਸ ਕਰ ਜਾਵਾਂਗੇ ਤਾਂ ਉਹ ਕਿੰਨੇ ਗੁਣਾ ਵੱਧ ਹੋ ਕੇ ਸਾਡੇ ਖਾਤੇ ਦੇ ਵਿੱਚ ਜੁੜ ਜਾਣਾ। ਪਰ ਗੁਰਮੰਤਰ ਦਾ ਅਭਿਆਸ ਕਰਨ ਵੇਲੇ ਗੁਰਮੁਖ ਪਿਆਰਿਓ, ਸਭ ਤੋਂ ਪਹਿਲੀ ਸ਼ਰਤ ਆਪਾਂ ਨੂੰ ਕੀ ਆ, ਆਪਾਂ ਨੂੰ ਆਪਣੇ ਨੇਤਰ ਬੰਦ ਕਰਨੇ ਪੈਣੇ, ਕਿਉਂਕਿ ਜਦੋਂ ਆਪਾਂ ਨੇਤਰ ਖੋਲ੍ਹ ਕੇ ਅਭਿਆਸ ਕਰਾਂਗੇ ਤਾਂ ਸਾਡੇ ਸਾਹਮਣੇ ਜਿਹੜਾ ਵੀ ਆਕਾਰ ਆਏਗਾ ਸਾਡਾ, ਉਹਦੇ ਪ੍ਰਤੀ ਫੁਰਨਾ ਬਣੇਗਾ ਅਤੇ ਅਸੀਂ ਵਿਚਾਰ ਤਾਂ ਰੋਕਣੇ ਆ, ਕਿਉਂਕਿ ਕਾਲ ਜਾਲ ਜਿਹਵਾ ਔਰ ਨੈਣੀ ਕਾਨੀ ਕਾਲ ਸੁਣੇ ਵਿਖ ਬਿਆਣੀ। ਅਤੇ ਆਪਣੀ ਧੁੰਨ ਵਿੱਚ ਧਿਆਨ ਰੱਖ, ਧੁੰਨ ਕਹਿੰਦੇ ਆਵਾਜ਼ ਨੂੰ, ਆਪਣੀ ਨੇਤਰ ਬੰਦ ਕਰਕੇ ਧੁੰਨ 'ਚ ਧਿਆਨ ਰੱਖਦਿਆਂ ਹੋਇਆਂ ਅਸੀਂ ਪਿਆਰ ਦੇ ਨਾਲ ਕਹਿਣਾ ਵਾਹਿਗੁਰੂ, ਤਾਂ ਇਹਨੂੰ ਸੁਣ ਲੈਣਾ, ਕਿਉਂਕਿ ਆਪਾਂ ਚਲਾਵਾਂ ਜਾਂ ਸਿਮਰਨ ਜੇ ਗੁਰਮੁਖ ਪਿਆਰਿਓ ਕਰਨਾ ਹੁੰਦਾ, ਅਸੀਂ ਪਿਆਰ 'ਚ ਭਿੱਜ ਕੇ ਸੱਚਿਆ ਪਾਤਸ਼ਾਹ ਅਬ ਕੀ ਬਾਰ ਬਖਸ਼ ਬੰਦੇ ਹੋ ਬਹੁਰ ਨਾ ਭਵਜਲ ਫੇਰਾ। ਆਓ ਗੁਰਮੁਖ ਪਿਆਰਿਓ, ਆਪਾਂ 2-4 ਮਿੰਟ ਜਿਹੜਾ ਸਮਾਂ ਆਪਣੇ ਕੋਲ ਬਚਿਆ, ਆਪਾਂ ਸਾਰੇ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ ਗੁਰਮੁਖ ਪਿਆਰਿਓ, ਕਿਉਂਕਿ ਆਪਾਂ ਲਾਜ ਤੋਂ ਉੱਪਰ ਉੱਠਣਾ ਹੁੰਦਾ ਹੈ। ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵੀ ਹੋਣ ਸੁਖੀ ਕਿਉਂ ਸੋਵੇ, ਹਰ ਸਿਮਰਨ ਛਾਡ ਪਰਮਗਤ ਚਾਹੇ, ਮੂਲ ਗਿਣਾ ਸ਼ਾਖਾ ਘਤੇ ਆਏ। ਆਓ ਗੁਰਮੁਖ ਪਿਆਰਿਓ, ਸਾਰੇ ਮਿਲ ਕੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਜੀ। ਕਰੋ ਕਿਰਪਾ, ਵਾਹਿਗੁਰੂ 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 ਵਾਹਿਗੁਰੂ
वाह गुरु 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 वाहेगुरु जी का खालसा वाहेगुरु जी की फतेह। इस तरीके गुरमुख प्यारे असी घर भी जा के वाहेगुरु गुरमंत्र का अभ्यास करना चलद फिरद उठद बहद असी हर वे वाहेगुरु गुरमंत्र का अभ्यास करते रहना। गुरमुख प्यारे ये सारी विचार जो है धन धन साहिब श्री गुरु ग्रंथ साहब जी की बाणी का ओट आसरा लैके आधार बना के की गई है। विचार करद बाणी पढ़द एक नहीं अनेक भुल हो गई होगी गुरु तो गुरु की संगत बख्शन योग है जी बख्श देना जी। वाहेगुरु जी का खालसा वाहेगुरु जी की फतेह।